ਹਾਂਜੀ ਦੋਸਤੋ, ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਕਬੱਡੀ ਸਟਾਰ 7 'ਤੇ। ਇਸ ਵੀਡੀਓ ਵਿੱਚ ਤੁਹਾਨੂੰ ਦੱਸਾਂਗੇ ਕਨੇਡਾ ਵਿੱਚ ਅਗਲਾ ਕਬੱਡੀ ਕੱਪ ਕਦੋਂ ਹੋਵੇਗਾ। ਜੇਕਰ ਤੁਸੀਂ ਸਾਡੇ ਚੈਨਲ 'ਤੇ ਨਵੇਂ ਹੋ ਤਾਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ। ਕਨੇਡਾ ਵਿੱਚ ਇਸ ਵੀਕ ਦੋ ਵੱਡੇ ਕਬੱਡੀ ਕੱਪ ਹੋਣਗੇ। ਪਹਿਲਾ ਕਬੱਡੀ ਕੱਪ 7 ਜੁਲਾਈ ਦਿਨ ਐਤਵਾਰ ਨੂੰ ਐਬਸਫੋਰਡ ਕਬੱਡੀ ਕਲੱਬ ਵੱਲੋਂ ਸਰੀ ਵਿੱਚ ਕਰਵਾਇਆ ਜਾਵੇਗਾ, ਜਿੱਥੇ ਕਬੱਡੀ ਫੈਡਰੇਸ਼ਨ ਆਫ BC ਦੇ ਮੈਚ ਕਰਵਾਏ ਜਾਣਗੇ। ਇਸ ਕਬੱਡੀ ਕੱਪ 'ਤੇ 6 ਟੀਮਾਂ ਖੇਡਣਗੀਆਂ। ਇਸ ਕਬੱਡੀ ਕੱਪ ਦਾ ਲਾਈਵ ਲਾਈਵ ਕਬੱਡੀ YouTube ਚੈਨਲ 'ਤੇ ਚੱਲੇਗਾ। 7 ਜੁਲਾਈ ਨੂੰ ਇੱਕ ਹੋਰ ਵੱਡਾ ਕਬੱਡੀ ਕੱਪ ਜਰਨੈਲ ਹਰੀ ਸਿੰਘ ਨਲਵਾ ਮਾਲਵਾ ਕਬੱਡੀ ਕਲੱਬ ਵੱਲੋਂ ਡੈਲਟਾ ਦੇ ਵਿੱਚ ਕਰਵਾਇਆ ਜਾਵੇਗਾ, ਜਿੱਥੇ ਯੂਨਾਈਟਿਡ ਕਬੱਡੀ ਫੈਡਰੇਸ਼ਨ ਆਫ ਵੈਨਕੂਵਰ ਦੇ ਮੈਚ ਕਰਵਾਏ ਜਾਣਗੇ। ਇਸ ਕਬੱਡੀ ਕੱਪ 'ਤੇ 6 ਟੀਮਾਂ ਖੇਡਣਗੀਆਂ। ਇਸ ਕਬੱਡੀ ਕੱਪ ਦਾ ਲਾਈਵ ਸਾਂਸ ਸਪੋਰਟ YouTube ਚੈਨਲ 'ਤੇ ਚੱਲੇਗਾ। ਦੋਨਾਂ ਕਬੱਡੀ ਕੱਪਾਂ 'ਤੇ ਹੀ ਸੁਪਰਸਟਾਰ ਪਲੇਅਰ ਖੇਡਣਗੇ। ਜੇਕਰ ਤੁਹਾਨੂੰ ਵੀਡੀਓ ਵਧੀਆ ਲੱਗੀ ਤਾਂ ਵੀਡੀਓ ਨੂੰ ਲਾਈਕ ਅਤੇ ਸ਼ੇਅਰ ਕਰੋ। ਕਬੱਡੀ ਦੀ ਹੋਰ ਅਪਡੇਟ ਲਈ ਸਾਡੇ YouTube ਚੈਨਲ ਨੂੰ ਸਬਸਕ੍ਰਾਈਬ ਕਰੋ, ਤਾਂ ਕਿ ਆਉਣ ਵਾਲੀ ਵੀਡੀਓ ਤੁਹਾਡੇ ਕੋਲ ਸਭ ਤੋਂ ਪਹਿਲਾਂ ਪਹੁੰਚ ਸਕੇ।